ਫਿਰੋਜ਼ਪੁਰ ਛਾਉਣੀ ਵਿੱਚ ਨਸ਼ਾ ਤਸਕਰੀ ਦੇ ਕੇਸ ਵਿੱਚ ਪਹੁੰਚੀ ਰਾਜਸਥਾਨ ਪੁਲਿਸ ਦੁਆਰਾ ਕੀਤੇ ਗਏ ਫਾਇਰਿੰਗ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ ਅਤੇ ਪੁਲਿਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਤੋਂ 20 ਜ਼ਿੰਦਾ ਗੋਲੀਆਂ ਵੀ ਬਰਾਮਦ ਕਰ ਚੁੱਕੀ ਹੈ। ਬਹੁਤ ਸਾਰੇ ਪਹਿਲਾਂ ਫੜੇ ਗਏ ਮੁਲਜ਼ਮਾਂ 'ਤੇ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ। ਫਿਰੋਜ਼ਪੁਰ ਪੁਲਿਸ ਨੇ ਰਾਜਸਥਾਨ ਪੁਲਿਸ 'ਤੇ ਫਾਇਰਿੰਗ ਕਰਨ ਦੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਪੁਲਿਸ ਦੇ ਅਨੁਸਾਰ ਰਾਜਸਥਾਨ ਪੁਲਿਸ ਫਿਰੋਜ਼ਪੁਰ ਨਸ਼ਾ ਤਸਕਰੀ ਦੇ ਇੱਕ ਦੋਸ਼ੀ ਨੂੰ ਫੜਨ ਲਈ ਆਈ ਸੀ ਪਰ ਦੋਸ਼ੀ ਦੇ ਸਾਥੀ ਨੇ ਆਈ ਰਾਜਸਥਾਨ ਪੁਲਿਸ 'ਤੇ ਫਾਇਰਿੰਗ ਕੀਤੀ। ਉਸ ਦੇ ਸਾਥੀ ਨਾਲ ਭੱਜਣ ਦੀ ਕੋਸ਼ਿਸ਼ ਕਰਦਿਆਂ ਰਾਜਸਥਾਨ ਪੁਲਿਸ ਨੇ ਗੋਲਾਬਾਰੀ ਵਿੱਚ ਜਰਨੈਲ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਅਤੇ ਇੱਕ ਸਮੱਗਲਰ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈ। ਇਹਦਾ ਵੀ ਇੱਕ ਮੁਕੱਦਮਾ 11/21 ਅਤੇ ਐਂਟੀ ਪੈਸ ਦਾ ਦਰਜ ਹੋਇਆ ਸੀ ਥਾਣਾ ਬੀਜਗੜ੍ਹ ਬਾਰਮੇੜ ਰਾਜਸਥਾਨ ਦੇ ਵਿੱਚ। ਇਹ ਵਿੱਚ ਅੰਗਰੇਜ਼ ਸਿੰਘ ਦੋਸ਼ੀ ਸੀ, ਇਹ ਉੱਥੋਂ ਮੌਕੇ 'ਤੇ ਭੱਜ ਗਿਆ ਸੀ। ਇਹਨੂੰ ਫੜਨ ਵਾਸਤੇ ਰਾਜਸਥਾਨ ਦੀ ਪੁਲਿਸ ਲੱਭਦੀ ਫਿਰਦੀ ਸੀ ਇਹਨੂੰ। ਇਹਨਾਂ ਨੇ 19/2 ਨੂੰ ਪਤਾ ਲੱਗਾ ਕਿ ਇਹ ਮੋਹਾਲੀ ਫਿਰਦੇ ਨੇ ਅਤੇ 19/2 ਨੂੰ ਇਹਨਾਂ ਦਾ ਪਿੱਛਾ ਕੀਤਾ ਅਤੇ ਜੋ ਬੰਦੇ ਸੀ ਗੱਡੀ ਛੱਡ ਕੇ ਹਨੇਰ ਦਾ ਲਾਭ ਕਰਕੇ ਅਤੇ ਉੱਥੋਂ ਭੱਜ ਗਏ ਸੀ। ਇਹ ਉਦੋਂ 4 ਬੰਦੇ ਸੀ। ਇਹ ਫਿਰ ਥਾਣਾ ਫੇਸ 1 ਵਿੱਚ ਗੱਡੀ ਜ਼ਬਤ ਕਰਕੇ ਉਹਨਾਂ ਨੇ ਬੰਦ ਕਰਤੀ ਹੈ 102 CRP ਵਿੱਚ। ਉਹਦੇ ਵਿੱਚ ਰਫ ਨੰਬਰ 25 ਪਾਈ ਹੈ 19/21 ਨੂੰ ਫੇਸ 1 ਮੋਹਾਲੀ 'ਚ। ਉਸ ਤੋਂ ਬਾਅਦ ਇਹਨਾਂ ਨੂੰ ਫਿਰ ਲੱਗਾ ਪਤਾ ਵੀ ਇਹ ਬੰਦੇ ਲੁਧਿਆਣੇ ਇਕੱਠੇ ਹੋਏ ਨੇ, ਅੰਗਰੇਜ਼ ਸਿੰਘ ਵਿੱਚ ਹੈਗਾ ਸੀ ਇਹਨਾਂ ਦੇ। ਅੰਗਰੇਜ਼ ਸਿੰਘ ਨੂੰ ਲੱਭਣ ਵਾਸਤੇ ਇਹਨਾਂ ਨੇ ਟਰੈਪ ਲਾਇਆ ਇਹਨਾਂ ਨੇ ਅਤੇ ਗੁਪਤ ਸੂਚਨਾ ਮਿਲੀ ਇਹਨਾਂ ਨੂੰ। ਇਹ ਬੰਦੇ ਸਾਰੇ ਇਕੱਠੇ ਹੋ ਕੇ ਗੱਡੀ ਸੀ ਇੱਕ BRO-1PG-2162 ਜਿਹਨੂੰ ਅੰਗਰੇਜ਼ ਸਿੰਘ ਚਲਾਉਣ ਡਿਆ ਸੀ, ਇਹ ਲੁਧਿਆਣੇ ਵੱਲੋਂ ਫਿਰੋਜ਼ਪੁਰ ਨੂੰ ਆ ਰਹੇ ਸੀ ਅਤੇ ਫਿਰੋਜ਼ਪੁਰ 'ਚ ਆ ਕੇ ਲੋਕਲ ਪੁਲਿਸ ਦੀ ਇਮਦਾਦ ਨਾਲ ਇਹਨਾਂ ਨੇ ਹਾਈਵੇ ਦਾ ਪੈਟਰੋਲਿੰਗ ਕੀਤੀ ਸੀ। ਇਹਨਾਂ ਨੇ ਉੱਥੇ ਨਾਕਾ ਲਾਇਆ, ਨਾਕਾ ਲੱਗਾ ਸੀ ਅਤੇ ਗੱਡੀ ਭਜਾ ਕੇ ਲੈ ਕੇ ਆਉਣ ਡਿਆ ਸੀ। ਜਦੋਂ ਪਤਾ ਲੱਗਾ ਵੀ ਇੱਕ ਬੰਦਾ ਸਾਨੂੰ ਪੁਲਿਸ ਪੈ ਗਈ ਸਾਨੂੰ ਰਾਜਸਥਾਨ ਦੀ, ਇਹਨਾਂ ਵਿੱਚੋਂ ਇੱਕ ਨੇ ਫਾਇਰ ਕਰਤਾ ਅਤੇ ਉਹਨੂੰ ਰੋਕਣ ਵਾਸਤੇ ਰਾਜਸਥਾਨ ਦੀ ਪੁਲਿਸ ਨੇ ਉਹਨਾਂ ਦੇ ਟਾਇਰ 'ਚ ਮਾਰਨਾ ਚਾਹਿਆ ਪਰ ਗੋਲੀ ਟਾਇਰ 'ਚ ਨਾ ਵੱਜੀ ਅਤੇ ਉਸ ਦਰਵਾਜ਼ੇ 'ਚ ਵੱਜ ਗਈ ਅਤੇ ਦਰਵਾਜ਼ੇ ਵਿੱਚ ਨਾਲ ਲੱਗਦੇ ਉਹਦੇ ਥੱਲੇ ਚਿਤਰਾਂ 'ਚ ਲੱਗ ਗਈ ਉਹਦੇ ਬੰਦੇ ਦੇ। ਕਿੰਨੇ ਜਣੇ ਸੀ ਜਿਹੜੇ ਆਏ ਸੀ? ਇੱਥੇ 3 ਬੰਦੇ ਸੀ, ਇਹ 3 ਸੀ। ਉਸ ਤੋਂ ਬਾਅਦ ਇਹਨਾਂ ਨੂੰ ਮੌਕੇ 'ਤੇ ਫੜ ਲਿਆ। ਜਿਹੜੀ ਗੋਲੀ ਲੱਗੀ ਸੀ ਉਹ ਮਰਦ ਆ ਗਈ ਸੀ ਆਪਣਾ ਜਰਨੈਲ ਸਿੰਘ, ਉਹ ਨਾਲ ਬੈਠਾ ਹੋਇਆ ਸੀ। ਇਹਨਾਂ ਕੋਲ 20 ਰਾਉਂਡ ਸੀ 32 ਬੋਰ ਦੇ, ਉਹ ਬਰਾਮਦ ਹੋਏ। ਇੱਕ ਚਾਬੀ ਇਹਨਾਂ ਕੋਲ ਹੱਥਕੜੀ ਖੋਲ੍ਹਣ ਦੀ, ਉਹ ਚਾਬੀ ਕਿਸੇ ਵੀ ਹੱਥਕੜੀ ਲਾਓ ਅਤੇ ਉਹ ਤਾਲਾ ਹੱਥਕੜੀ ਖੁੱਲ੍ਹ ਜਾਂਦੀ ਹੈ। ਇਹਨਾਂ ਦੀ ਹੁਣ ਰਿਮਾਂਡ ਲੈ ਕੇ ਅਸੀਂ ਅੱਜ ਪੇਸ਼ ਕਰਨਾ ਇਹਨਾਂ ਨੂੰ, ਰਿਮਾਂਡ ਲੈ ਕੇ ਜਿਹੜਾ ਪਿਸਤੌਲ ਸੀ ਉਹ ਬਰਾਮਦ ਕਰਾਵਾਂਗੇ ਅਤੇ ਹੋਰ ਇਹਨਾਂ ਨੇ ਕੀ ਵਾਰਦਾਤਾਂ ਕੀਤੀਆਂ ਨੇ। ਇੱਕ ਵਰਿੰਦਰ ਸਿੰਘ ਜਿਹਦੀ ਗੱਡੀ ਉੱਥੇ ਫੜੀ ਗਈ ਹੈ, ਪਤਾ ਲੱਗਾ ਸਾਨੂੰ ਹੁਣ PB-05AK-7003 ਇਹ ਗੱਡੀ ਇੱਥੋਂ ਦੀ ਲੋਕਲ ਹੈਗੀ ਆ ਅਤੇ ਉਹ ਮੁਲਜ਼ਮ ਵਿੱਚ 4 ਬੈਠੇ ਸੀ, ਉਹਨਾਂ ਦੀ ਕੀ ਸਹੂਲਤ ਆ ਇਹ ਪਤਾ ਕੀਤਾ ਜਾਊਗਾ। ਅੰਗਰੇਜ਼ ਸਿੰਘ ਦੇ ਖਿਲਾਫ਼ ਵਾਲੀ ਪਤਾ ਕਰ ਰਹੇ ਹਾਂ ਪਰ ਜਿਹੜੇ ਜਰਨੈਲ ਸਿੰਘ ਦੇ ਖਿਲਾਫ਼ ਆ ਇਹ ਕਰੀਬ 6 ਮੁਕੱਦਮੇ ਦਰਜ ਆ ਅਤੇ ਇੱਕ ਯਾਦਵੰਦਰ ਹੋਰ ਭੱਜਿਆ ਸੀ ਉਹਦੇ ਖਿਲਾਫ਼ 2 ਮੁਕੱਦਮੇ ਦਰਜ ਆ। ਕਿੰਨੇ ਬੰਦੇ ਅਰੈਸਟ ਕਰੇ? ਫਿਲਹਾਲ ਇੱਕ ਬੰਦਾ ਅਰੈਸਟ ਆ ਅਤੇ ਦੂਜੇ ਨੂੰ ਫੜ ਲਾਂਗੇ। ਇਹ ਅੰਗਰੇਜ਼ ਸਿੰਘ ਗੱਡੀ ਵੀ ਹੈਗੀ ਹੈ, ਬਰਾਮਦ ਕਰ ਲਈ ਅਸੀਂ। ਜਰਨੈਲ ਸਿੰਘ ਨਾਲ ਸਹੂਲੀਅਤ ਸੀ ਜਦੋਂ ਮੋਹਾਲੀ ਗਏ ਨੇ ਉਦੋਂ ਵੀ ਨਾਲ ਸੀ, ਉਦੋਂ ਭੱਜ ਗਿਆ ਸੀ ਇਹ ਅਤੇ ਇੱਥੇ ਕੁਦਰਤੀ ਇਹਦੇ ਗੋਲੀ ਲੱਗ ਗਈ ਜਿਸ ਕਰਕੇ ਜ਼ਖਮੀ ਹੋ ਗਿਆ ਅਤੇ ਇਲਾਜ ਚੱਲ ਰਿਹਾ। ਸਰ ਜਿਹੜੇ ਹੱਥਕੜੇ ਦੇ ਮਾਸਟਰ ਕੀ ਨਾਲ ਲੈ ਕੇ ਫਿਰਦੇ ਲੱਗਦਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ? ਯੈਸ, ਇਹਨਾਂ ਨੇ ਕੋਈ ਨਾ ਕੋਈ ਕਿਸੇ ਕੈਦੀ ਨੂੰ ਛੁਡਾਉਣਾ ਸੀ, ਚਾਬੀ ਨਾਲ ਖੋਲ੍ਹ ਕੇ ਉਹਨੂੰ ਉੱਥੇ ਭਜਾ ਲੈਣਾ ਸੀ।